ਕੌਣ ਬੋਲ ਜਾਂਦਾ ਪਾਣੀ ਰਾਜੀ ਭਾਈ ਕਰੋ ਹੈ ਲੋ ਦੇਖੋ पिछले 15 साल तो ना साडा इन्ना शोषण किया कांग्रेस अकाली सरकार ने ਇਹ 6000 ਤੇ ਕੁੜੀ ਲੱਗੀ ਹੋਈ 15 ਸਾਲ ਤੋਂ ਮੈਂ 10000 ਦੇ ਤੁਹਾਨੂੰ ਪੱਕੇ ਨਹੀਂ ਕੀਤਾ ਨਹੀਂ ਸਾਨੂੰ ਰੈਗੂਲਰ ਫਾਰਮਾਸਿਸਟ ਇੱਕ ਵਾਰੀ ਪਿੱਛੇ ਜਾ ਪੱਕੇ ਹੋਏ ਸੀ ਉਹ ਨਹੀਂ ਕਰਵਾਇਆ ਨਹੀਂ ਕੀਤਾ ਉਹ ਸਾਡੋਂ ਸਿਰਫ ਲਾਰੇ ਲਾਈ ਗਈ ਸਰਕਾਰ ਪਹਿਲੋ ਕਾਂਗਰਸ ਵੇਲੇ ਸਾਨੂੰ ਲਾਰੇ ਲਾਏ ਗਏ 10 ਸਾਲ ਸਾਨੂੰ ਕਾਲੀਆਂ ਨੇ ਲਾਰੇ ਲਾਏ ਹੁਣ ਫੇਰ 5 ਸਾਲ ਜਿਹੜੇ ਲੰਘੇ ਸਾਡੇ ਤੇ ਤੇ ਸਾਨੂੰ ਹੁਣ ਆ ਤੁਹਾਡੀ ਸਰਕਾਰ ਤੇ ਉਮੀਦ ਆ ਪੂਰੀ ਤੁਹਾਡੇ ਕੋਲ ਕੋਈ ਲਾਈਟ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਇਹ ਬਹੁਤ ਬੁਰਾ ਡਿਪਾਰਟਮੈਂਟ ਚ ਆਪਣੇ ਸਾਡਾ ਡਿਪਾਰਟਮੈਂਟ ਹੈਗਾ ਰੂਰਲ ਹੈਲਥ ਸਬ ਸੈਂਟਰ ਵਾਲਿਆਂ ਦੀ ਥਰੂ ਆਈ ਉਧਰ ਰੰਗ ਹੋ ਰਿਹਾ ਬੰਦੇ ਪਈ ਪੜ੍ਹਦੇ ਨੇ ਨਰੇਗਾ ਦੇ ਵਿੱਚ ਹੋਰ ਕਿਹੜਾ ਕਿਹੜਾ ਕਿਉਂਕਿ ਪੰਜਾਬ ਗਵਰਨਮੈਂਟ ਨੇ ਆਪਣੀਆਂ ਗ੍ਰਾਂਟਾਂ ਸੀਜ਼ ਕੀਤੀਆਂ ਤੁਹਾਨੂੰ ਪਤਾ ਵੀ ਇਸ਼ੂਜ਼ ਕਰਦੇ ਆ ਸਾਰੇ ਹਨਾ ਅਚਾਨਕ ਦੇਣੀ ਪੈਸੇ ਭੇਜੇ ਅਚਾਨਕ ਦੇਣੀ ਸਾਰੇ ਉਹ ਚੈੱਕ ਵੀ ਇਹਨਾਂ ਨੂੰ ਨਾ ਕੋਡ ਲੱਗੇ ਤੋਂ ਬਾਅਦ ਦਿੱਤੇ ਹੁਣ ਉਹਦੇ ਵਿੱਚ ਬੈਕ ਡੇਟਾਂ 'ਚ ਪਾ ਪਾ ਕੇ ਕਾਲੀਆਂ ਨਾਲ ਕਿਹੜੇ ਕੰਮ ਹੁੰਦੇ ਉਹਦੇ 'ਚ ਪਾਏ ਇਸ ਕਰਕੇ ਸੀਜ਼ ਹੋਈਆਂ ਪੈਸੇ ਉਹ ਵਾਪਸ ਹੋਣਗੇ ਪਰ ਤੁਹਾਡੀ ਜਿਹੜੀ ਗ੍ਰਾਮ ਸਭਾਵਾਂ ਆਪਾਂ ਬਣਾਉਣੀਆਂ ਨਾ ਉਹ ਜੋ ਕਹਿਣਗੇ ਉਹਦੇ ਹਿਸਾਬ ਦੇ ਨਾਲ ਗ੍ਰਾਂਟਾਂ ਵਾਪਸ ਆਪ ਮੈਡਮ ਸਾਫ਼ ਕੀਤੀ ਬਹੁਤ ਬੁਰਾ ਹਾਲ ਬਹੁਤ ਜ਼ਿਆਦਾ ਜੀ ਸਾਹਿਬ ਆਉਣਗੇ ਜਿੰਨੇ ਕੰਮ ਤੁਹਾਡੇ ਹੋਣ ਵਾਲੇ ਨੇ ਨਾ ਨਰੇਗਾ ਦੇ ਵਿੱਚ ਉਹਨਾਂ ਦਾ ਜਾਇਜ਼ਾ ਲੈ ਕੇ ਜਾਣਗੇ ਸਾਰਾ ਸਟਾਰਟ ਕਰਵਾਉਣਗੇ ਠੀਕ ਹੈ ਕੰਮ ਬਾਥਰੂਮ ਦਾ